बापू कहंदा सौ जा पुत चुप करके, ओए पुत कहंदा सुपने च सिंह कूर दे। हुण ना भाई इन्ना जलील करदे ने, कहंदे 5-7 दिनां च बंदा फॉर्चूनर लिआउण वाला, कलाकार कलाकार फलाना कह कह के बुलाउंदे ने, भाई इन्हां लोकां दा की है यार। ਸਾਡੇ ਤਾਂ ਹਾਲਾਤ ਪਹਿਲਾਂ ਵੀ ਉਹੀ ਸੀ, ਹੁਣ ਵੀ ਇਹੀ ਆ। ਦੁੱਖ ਪਹਿਲਾਂ ਹੰਡਾਉਂਦੇ ਸੀ, 5-7 ਲੱਖ ਰੁਪਇਆ ਪਹਿਲਾਂ ਦੇਣਾ ਸੀ, ਹਜੇ 50-60 ਹਜ਼ਾਰ ਰੁਪਇਆ ਵਧਾਈ ਆ, ਕਿਸੇ ਦਾ ਘਟਿਆ ਨਹੀਂ ਹੈਗਾ। ਹੱਸਦੇ ਸੀ ਮੇਰੇ ਗਾਣੇ ਦੀਆਂ ਟੋਨਾਂ ਤੇ, ਮੈਂ ਗਲਾ ਵਿੱਚ ਬੁਰਕੀ ਫਸਾ ਦੂੰ ਉਹਨਾਂ ਦੇ, ਨੀ ਆਖਦੇ ਸੀ ਜਿਹੜੇ ਮੈਨੂੰ ਵੱਡਾ ਕਲਾਕਾਰ ਲਾ ਦੂੰ ਉਹਨਾਂ ਨੂੰ, ਮੈਂ ਕਰਨ ਗਰਾਰੇ ਦੇਖ ਲਈ। ਉਂਜ ਭਾਵੇਂ ਸਾਕਲ ਹੋਣਾ ਸੋਹਣਾ ਲੱਗਦਾ ਨੀ, ਪਰ ਕਲਮ ਨਾ ਪੈਂਦੇ ਤੂੰ ਖਲਾਰੇ ਦੇਖ ਲਈ। ਨਾ ਬਈ ਡਰ ਕਾਹਦਾਗਾ, ਜਿਹੜਾ ਆਇਆ ਜੱਗ 'ਤੇ ਇੱਕ ਦਿਨ ਤੁਰਨੀ ਆ, ਸੱਚ ਲਿਖ ਕੇ ਜਾਵਾਂਗੇ, ਸੱਚ ਇੱਕ ਠੋਕ ਕੇ ਗਾਵਾਂਗੇ, ਕੋਈ ਪ੍ਰਵਾਹ ਨਹੀਂ ਕਿਸੇ ਦੀ, ਚਾਹੇ 2 ਸਾਲਾਂ ਨੂੰ 20 ਸਾਲਾਂ ਨੂੰ ਮਰਨਾ ਅੱਜ ਕੱਲ੍ਹ ਨੂੰ ਮਾਰ ਦੇ, ਕੋਈ ਦਿੱਕਤ ਨਹੀਂ ਬਈ। ਇੱਕ ਕਲਾਕਾਰ ਸੀਗਾ, ਉਹਨੇ ਕੀ ਕਰਿਆ, ਉਹਨੇ ਮਾੜਾ ਜਿਹਾ ਰੋ ਕੇ ਵੀਡੀਓ ਪਾਈ, ਅਤੇ ਲੋਕਾਂ ਨੇ ਕਹਿੰਦੇ ਹਜੇ ਤਾਂ ਘੱਟ ਰੋਇਆ, ਜੇ ਕਹਿੰਦੇ ਮਾੜਾ ਜਿਹਾ ਹੋਰ ਰੋਇਆ ਹੁੰਦਾ ਨਾ, ਇੱਕ ਦਿਨ 'ਚ 1 ਕਰੋੜ ਰੁਪਇਆ ਇਕੱਠਾ ਕਰਤਾ। ਅਤੇ ਆਓ ਦੋਸਤੋ, ਮਿਲਵਾਉਣੇ ਤੁਹਾਨੂੰ ਮਾਨਸਾਲੇ ਸੰਗਰ ਦੇ ਨਾਲ। ਵਿੱਕੀ ਕੀ ਹਾਲ, ਸਤਿ ਸ਼੍ਰੀ ਅਕਾਲ, ਕੀ ਹਾਲ ਬਾਈ? ਬਹੁਤ ਵਧੀਆ ਜੀ, ਹੋਰ ਘਰ ਪਰਿਵਾਰ ਠੀਕ ਹੈ? ਹਾਂਜੀ ਹਾਂਜੀ, ਤੰਦਰੁਸਤੀ ਬਾਬੇ ਨਾਨਕ ਦੀ ਕਿਰਪਾ ਬਸ। ਸੋ ਵਿੱਕੀ, ਤੇਰੀ ਗਾਇਕੀ ਅਤੇ ਗੀਤਕਾਰੀ ਨੂੰ ਸੁਣ ਕੇ ਪਤਾ ਲੱਗਦਾ ਕਿ ਤੂੰ ਬਹੁਤ ਮਿਆਰੀ ਗਾਇਕ ਅਤੇ ਗੀਤਕਾਰ ਹੈ। ਅਤੇ ਸੋਚਿਆ ਸੀਗਾ ਘਰ ਦੇ ਹਾਲਾਤ ਸੁਧਰ ਗਏ ਹੋਣੇ ਆ, ਬਹੁਤ ਵਧੀਆ, ਕੋਈ ਤੇਰੇ ਕੋਲ ਗੱਡੀ ਹੋ ਸਕਦੀ ਆ, ਅਤੇ ਦੋਸਤ ਵੇਖਣ ਨੂੰ ਕੁਝ ਹੋਰ ਮਿਲ ਰਿਹਾ, ਅਤੇ ਇਹ ਕੀ ਹਾਲਾਤ ਨੇ, ਹਾਲਾਤਾਂ 'ਚ ਸੁਧਾਰ ਕਿਉਂ ਨਹੀਂ ਆਇਆ, ਕਿੱਥੇ ਕਮੀ ਰਹਿ ਗਈ? ਇਹ ਵੀਰੇ ਆਪਣੀ ਰੋਜ਼ੀ ਰੋਟੀ ਆ, ਇਹ ਕਿਸੇ ਰਿਸ਼ਤੇਦਾਰ ਤੋਂ ਲਿਆਂਦਾ ਆਪਾਂ, ਕਮਾਈ ਦਾ ਸਾਧਨ ਹੈਗਾ। ਅਤੇ ਗੱਡੀ ਸੀ ਪਿਕਅਪ, ਅਤੇ ਉਹ 40-50 ਹਜ਼ਾਰ ਰੁਪਇਆ ਭਰ ਕੇ ਲਈ ਸੀਗੀ, ਅਤੇ ਕਿਸ਼ਤ ਜ਼ਿਆਦਾ ਸੀਗੀ, ਉਤੋਂ ਕਬੀਲਦਾਰੀ ਕਰਜ਼ਾ ਪਹਿਲਾਂ ਵੀ 5-4 ਲੱਖ ਰੁਪਇਆ ਉੱਪਰ, ਕੁਛ ਤੁਹਾਨੂੰ ਪਹਿਲਾਂ ਇੰਟਰਵਿਊਆਂ 'ਚ ਵੀ ਗੱਲਾਂ ਹੋਈਆਂ ਨੇ, ਉਹ ਇੰਨੀ ਆਪਣੀ ਮਦਦ ਨਹੀਂ ਹੋਈ, ਮਦਦ ਜਿੰਨੀ ਹੋਈ ਸੀ ਨਾ ਆਪਣਾ 60-65 ਹਜ਼ਾਰ ਰੁਪਇਆ, ਅਤੇ ਉਹਦੇ 'ਚ ਇੱਕ ਦੁਕਾਨ ਪਾਈ ਸੀ ਆਪਾਂ ਛੋਟੀ ਜਿਹੀ, 2 ਕੰਧਾਂ ਕੱਢੀਆਂ ਸੀ, ਬਾਕੀ ਹੈ ਇਹ, ਬਾਕੀ ਤਾਂ ਸਾਰਾ ਕੁਛ ਹੈਗਾ ਸੀ, ਛੱਤ ਵੀ ਹੈਗੀ ਸੀ ਕਾਨਿਆਂ ਦੀ, ਜਿਹੜਾ ਹੈਗਾ ਸੀ ਪਹਿਲਾਂ, ਅਤੇ ਇੱਕ ਗਾਣਾ ਕਰਾਤਾ ਸੀ ਆਪਾਂ ਪਰੂਫ, 60-65 ਹਜ਼ਾਰ ਰੁਪਇਆ ਆਇਆ ਸੀਗਾ ਵੀਰੇ। ਹਾਂ, ਅਤੇ ਉਹਦੇ 'ਚ ਰੌਲਾ ਪੈ ਰਿਹਾ ਸੀਗਾ, ਬਾਈ ਦਾ ਘਰ ਪੈਣਾ ਸ਼ੁਰੂ ਹੋ ਰਿਹਾ, ਉਹ ਐਡੀ ਗੱਲ ਨਹੀਂ ਵੀਰੇ, ਸਾਰਾ ਉਹ ਦੇਖ ਲਓ, ਖਾਲੀ ਪਿਆਵਾਂਗੇ ਕੁਛ ਘਰ। ਕੋਈ ਨਹੀਂ, ਆਪਾਂ ਅੱਗੇ ਚੱਲ ਕੇ ਦਿਖਾਉਣੇ ਸਾਰੇ ਘਰ ਦੇ ਹਾਲਾਤ, ਅਤੇ ਬੈਠ ਕੇ ਵਿੱਕੀ ਗੱਲਬਾਤ ਕਰਦੇ, ਨਾਲੇ ਤੇਰੇ ਗੀਤਾਂ ਦਾ ਲੁਤਫ ਲੈਂਦੇ ਹਾਂ, ਅਤੇ ਸਾਡੇ ਸਰੋਤਿਆਂ ਨਾਲ ਵੀ ਕਰਦੇ ਹਾਂ ਸਾਂਝਾ। ਹਾਂਜੀ ਬਾਈ ਜੀ, ਉਹ ਲੋਕ ਕਹਿੰਦੇ ਆ ਨਾ ਕਿ ਪਹਿਲਾਂ ਇੰਟਰਵਿਊਆਂ 'ਚ ਕਮੈਂਟ ਆਉਂਦੇ ਸੀ ਕਿ ਬਾਈ ਸਿੱਧੂ ਦੀ ਰੀਸ ਕਰਦਾ, ਸਿੱਧੂ ਨਹੀਂ ਬਣ ਸਕਦਾ ਕੋਈ, ਅਸੀਂ ਕਹਿੰਦੇ ਹਾਂ ਭਰਾ ਸਿੱਧੂ ਕੋਈ ਨਹੀਂ ਬਣ ਸਕਦਾ, ਸਿੱਧੂ ਤਾਂ ਸਿੱਧੂ ਹੀ ਸੀ, ਹੈ ਨਾ, ਅਤੇ ਅਸੀਂ ਉਦੋਂ ਦਿਲੋਂ ਚਾਹੁੰਦੇ ਹਾਂ, ਅਤੇ ਲੋਕ ਇੱਕ ਇਹ ਕਹਿੰਦੇ ਨੇ ਕਿ ਮਾਨਸਾ ਵਾਲਿਆਂ ਨੇ ਉਹਦੀ ਹੈਲਪ ਨਹੀਂ ਕਰੀ, ਅਤੇ ਜਲੰਧਰ 'ਚ ਬਾਪੂ ਨੇ ਜਾ ਕੇ ਹਾੜੇ ਕੱਢੇ ਸੀ ਲੋਕਾਂ ਦੇ ਕਿ ਮੇਰੇ ਪੁੱਤ ਦੀ ਲਾਜ ਰੱਖੋ, ਮੇਰੇ ਪੁੱਤ ਨੂੰ ਇਨਸਾਫ ਚਾਹੀਦਾ, ਅਤੇ ਲੋਕਾਂ ਨੇ ਉੱਥੋਂ ਵੀ ਹਰਾਤਾ, ਕਿਹਦਾ ਮੂੰਹ ਫੜ ਲਾਂਗੇ ਬਈ, ਇਹ ਦੁਨੀਆਦਾਰੀ ਆ, ਇਹ ਦੁਨੀਆ ਬੜੀ ਕੁੱਤੀ ਚੀਜ਼ ਆ, ਇਹ ਕਿਸੇ ਦੀ ਨਹੀਂ ਹੋਈ, ਇਹ ਤਾਂ ਜਦੋਂ ਲੋਕ ਮਤਲਬ ਬੰਦਾ ਮਰ ਜਾਂਦਾ ਨਾ, ਹੁਣ ਮੈਂ ਆ ਹੁਣ ਸੱਚ ਲਿਖਦਾ, ਹੈ ਨਾ, ਕੱਲ੍ਹ ਨੂੰ ਪਰਮਾਤਮਾ ਨਾ ਕਰੇ ਕੋਈ 19-21 ਹੋਊਗੀ, ਅਤੇ ਬਾਅਦ 'ਚ ਲੋਕ ਪਤਾ ਕੀ ਕਹਿਣਗੇ, ਇਹ ਬੜਾ ਚੰਗਾ ਸੀ ਬੰਦਾ, ਹੁਣ ਕੀ ਕਹਿੰਦੇ ਨੇ, ਹੁਣ ਨਾ ਬਈ ਇੰਨਾ ਜਲੀਲ ਕਰਦੇ ਨੇ, ਕਹਿੰਦੇ 5-7 ਦਿਨਾਂ 'ਚ ਬੰਦਾ ਫੋਰਚੂਨਰ ਲਿਆਉਣ ਵਾਲਾ, ਕਲਾਕਾਰ ਕਲਾਕਾਰ ਫਲਾਣਾ ਕਹਿ ਕਹਿ ਕੇ ਬੁਲਾਉਂਦੇ ਨੇ, ਬਈ ਇਹਨਾਂ ਲੋਕਾਂ ਦਾ ਕੀ ਹੈ ਯਾਰ। ਯਾਰ ਲੋਕਾਂ ਦੀਆਂ ਗੱਲਾਂ ਵਿੱਕੀ, ਦਾਤਰੀ ਦੇ ਦਿੰਦੇ ਕਹਿੰਦੇ, ਇਹ ਨਾ ਇੱਕ ਪਾਸੇ ਹੁੰਦੇ, ਦੁਨੀਆਂ ਦੇ ਦੋ ਪਾਸੇ ਆ, ਲੋਕਾਂ ਦੀਆਂ ਗੱਲਾਂ 'ਚ ਨਾ ਹੋ ਵੀਰ ਮੇਰੇ, ਤੁਸੀਂ ਆਪਣੀ ਮਿਹਨਤ ਡੱਟ ਕੇ ਕਰਦੇ ਰਹੋ, ਲਿਖਦੇ ਰਹੋ, ਗਾਉਂਦੇ ਰਹੋ। ਐਮ ਜੀ ਟੈਲੀਕਾਸਟ ਦੇ ਸਰੋਤੇ ਜਿਹੜੇ ਬਹੁਤ ਸੂਝਵਾਨ ਆ, ਕਿਤੇ ਨਾ ਕਿਤੇ ਤੁਹਾਡੀ ਬਾਂਹ ਜ਼ਰੂਰ ਫੜਨਗੇ, ਤੁਹਾਨੂੰ ਮੌਕਾ ਜ਼ਰੂਰ ਮਿਲੂਗਾ। ਸੋ ਆਪਾਂ ਜ਼ਿਆਦਾ ਗੱਲਾਂ ਬਾਤਾਂ ਦੀ ਸਾਂਝ ਨਾ ਪਾਉਂਦੇ ਹੋਏ, ਕੋਈ ਗੀਤ ਸਾਡੇ ਸਰੋਤਿਆਂ ਨਾਲ ਜ਼ਰੂਰ ਸਾਂਝਾ ਕਰੋ। ਹਾਂਜੀ, ਇਹ ਜਿਹੜੇ ਗੁਰੂ ਘਰਾਂ ਦੀਆਂ ਗੋਲਕਾਂ 'ਤੇ ਕਬਜ਼ੇ ਨੇ ਜਿਨ੍ਹਾਂ ਦੇ, ਅਤੇ ਗਰੀਬ ਸਿੱਖਾਂ ਦਾ ਜਿਉਣਾ ਬੜਾ ਔਖਾ, ਉਹਨਾਂ ਦੇ ਘਰਾਂ ਦੇ ਹਾਲਾਤ, ਗ੍ਰੰਥੀਆਂ ਦੇ ਘਰਾਂ ਦੇ ਹਾਲਾਤ, ਅਤੇ ਉਹਨਾਂ ਦੇ ਬੱਚੇ ਕਿੱਥੇ ਪੜ੍ਹਦੇ, ਅਤੇ ਆਪ ਇਹਨਾਂ ਦੇ ਗੁਰਦੁਆਰਿਆਂ ਦੀਆਂ ਗੋਲਕਾਂ ਦੇ ਨਾਲ ਬੱਚੇ ਦੇਖ ਲਓ, ਫੋਰਨ ਕੰਟਰੀਆਂ 'ਚ ਪੜ੍ਹਦੇ ਨੇ, ਉਹ ਲੋਕਾਂ 'ਤੇ ਲਿਖਿਆ ਜੀ, ਅਤੇ ਇੱਕ ਉਹ ਪੰਜਾਬੀਆਂ 'ਤੇ ਲਿਖਿਆ ਕਿ ਰੌਲਾ ਬੜਾ ਪਾਉਂਦੇ ਨੇ ਵੀ ਅਸੀਂ ਪੰਜਾਬੀ ਹਾਂ, ਪਰ ਜਿਹੜਾ ਬੰਦਾ ਸੱਚ ਲਿਖਦਾ ਸੱਚ ਗਾਉਂਦਾ ਉਹਦੀ ਮਦਦ ਨਹੀਂ ਕਰਦੇ ਬਈ, ਉਹਦੀ ਕਰਦੇ ਨੇ, ਜਿਹੜਾ ਬੰਦਾ ਜਮ੍ਹਾਂ ਪਹਿਲਾਂ ਹੀ ਰੱਬ ਨੇ ਭਰਿਆ ਹੋਇਆ ਨਾ, ਉਹਨੂੰ ਵੱਧ ਭਰਦੇ ਨੇ। ਇੱਕ ਕਲਾਕਾਰ ਸੀਗਾ, ਉਹਨੇ ਕੀ ਕਰਿਆ, ਉਹਨੇ ਮਾੜਾ ਜਿਹਾ ਰੋ ਕੇ ਵੀਡੀਓ ਪਾਈ, ਅਤੇ ਲੋਕਾਂ ਨੇ ਕਹਿੰਦੇ ਹਜੇ ਤਾਂ ਘੱਟ ਰੋਇਆ, ਜੇ ਕਹਿੰਦੇ ਮਾੜਾ ਜਿਹਾ ਹੋਰ ਰੋਇਆ ਹੁੰਦਾ ਨਾ, ਇੱਕ ਦਿਨ 'ਚ 1 ਕਰੋੜ ਰੁਪਇਆ ਇਕੱਠਾ ਕਰਤਾ ਉਹਨੂੰ।
ਤੇ ਇੱਥੇ ਬਾਈ ਤੁਸੀਂ ਸਹੀ ਕਿਹਾ, ਸਾਡੇ ਤਾਂ ਹਾਲਾਤ ਪਹਿਲਾਂ ਵੀ ਉਹੀ ਸੀ ਹੁਣ ਵੀ ਇਹੀ ਆ। ਦੁੱਖ ਪਹਿਲਾਂ ਹੰਡਾਉਂਦੇ ਸੀ, 5-7 ਲੱਖ ਰੁਪਇਆ ਪਹਿਲਾਂ ਦੇਣਾ ਸੀ, ਹਜੇ 50-60 ਹਜ਼ਾਰ ਰੁਪਇਆ ਵਧਾ ਹੀ ਆ, ਕਿਸੇ ਦਾ ਘਟਿਆ ਨਹੀਂ ਹੈਗਾ ਬਾਈ। ਚਲੋ ਵਿੱਕੀ ਕੋਈ ਗੀਤ ਜ਼ਰੂਰ ਸੁਣਾਓ। ਹਾਂਜੀ, ਉਹ ਬੜਾ ਰੌਲਾ ਪਾਉਂਦੇ ਨੇ ਪੰਜਾਬੀ ਹੋਣ ਦਾ, ਕਰਦੇ ਨਾ ਹੈਲਪ ਗਰੀਬ ਬੰਦੇ ਦੀ, ਉੱਥੇ ਜਾ ਕੇ ਧੱਕੇ ਨਾਲ ਪੈਸੇ ਦੇ ਦਿੰਦੇ, ਔਰ ਜਿੱਥੇ ਕਦਰ ਨਾ ਬਾਈ ਧਰਮ ਤੇ ਧੰਦੇ ਦੀ, ਉਹ ਗੁਰੂਆਂ ਦੀ ਬਾਣੀ ਨੂੰ ਰਿਜਕ ਆਖਦੇ, ਗੁਰੂਆਂ ਦੀ ਬਾਣੀ ਨੂੰ ਰਿਜਕ ਆਖਦੇ, ਔਰ ਸ਼ਰਮ ਤਾਂ ਲਾ ਕੇ ਲੋਕਾਂ ਕਿੱਲੀ ਟੰਗਤੀ, ਗੋਲਕਾਂ ਦੇ ਪੈਸੇ ਨਾਲ ਭੈਣ ਕੋਠੀਆਂ, ਗਰੀਬ ਸਿੱਖਾਂ ਦੇ ਨਾਲ ਹਲਕਾ ਚੋ ਰੋਟੀ ਲੰਘਦੀ, ਗੋਲਕਾਂ ਦੇ ਪੈਸੇ ਨਾਲ ਭੈਣ ਕੋਠੀਆਂ, ਗਰੀਬ ਸਿੱਖਾਂ ਦੇ ਨਾਲ ਹਲਕਾਂ ਚੋ ਰੋਟੀ ਲੰਘਦੀ, ਉਦੋਂ ਗੱਲ ਕਰਦੇ ਨਾ ਬੰਦੀ ਸਿੰਘਾਂ ਦੀ, ਜਦੋਂ ਇਹ ਪਾਵਰਾਂ ਦੇ ਵਿੱਚ ਹੁੰਦੇ ਆ, ਪਿਛਲੇ ਪ੍ਰੈਸ ਨੋਟ ਦੇਖੋ ਭਰ ਕੇ, ਉਹਨਾਂ ਵਿੱਚ ਸਿੰਘਾਂ ਨੂੰ ਇਹ ਕਹਿੰਦੇ ਗੁੰਡੇ ਆ, ਹੁਣ ਮੁਹਿੰਮ ਦਸਤ ਖਿੱਤਾ ਵਾਲੀ ਹੈ ਚਲਾਈ, ਉੱਤੋਂ ਉੱਤੋਂ ਫਿਰਦੇ ਆ ਪੱਖਪੂਰ ਦੇ, ਓਏ ਬਾਪੂ ਕਹਿੰਦਾ ਸੌਂ ਜਾ ਪੁੱਤ ਚੁੱਪ ਕਰਕੇ, ਪੁੱਤ ਕਹਿੰਦਾ ਸੁਪਨੇ 'ਚ ਸਿੰਘ ਘੂਰ ਦੇ, ਬਾਪੂ ਕਹਿੰਦਾ ਸੌਂ ਜਾ ਪੁੱਤ ਚੁੱਪ ਕਰਕੇ, ਓਏ ਪੁੱਤ ਕਹਿੰਦਾ ਸੁਪਨੇ 'ਚ ਸਿੰਘ ਘੂਰ ਦੇ। ਇਹਨਾਂ ਹੀ ਬੇਅਦਬੀ ਦਾ ਦੌਰ ਸੀ ਚਲਾਇਆ, ਹੁਣ ਜਣਾ ਖਣਾ ਗੁਰੂ ਦੇ ਬਈ ਅੰਗ ਪਾੜ ਜੇ, ਕੌਮ ਭਾਲੇ ਸਿੰਘ ਸੁੱਖੇ ਮਹਿਤਾਬ ਨੂੰ, ਉਹ ਜਿਹੜਾ ਮੱਸੇ ਰੰਗੜ ਦੇ ਵਾਂਗੂ ਬਹਿਰੀ ਗੱਡੀ ਚਾੜ ਜੇ, ਜਦੋਂ ਰੱਬ ਮਾਰੇ ਉਦੋਂ ਹੁੰਦੀ ਨਾ ਆਵਾਜ਼, ਜਦੋਂ ਰੱਬ ਮਾਰੇ ਉਦੋਂ ਹੁੰਦੀ ਨਾ ਆਵਾਜ਼, ਕਹੇ ਗਏ ਨੇ ਸਿਆਣੇ ਗੱਲ ਨੂੰ ਵਿਚਾਰੇ ਹੋ, ਨਾ ਭੁੱਲੋ ਮਰਿਆਦਾ ਕਦੇ ਗੁਰੂ ਘਰਾਂ ਦੀ, ਉਹ ਲੱਖਾਂ ਵਾਰੀ ਜਿੱਤੋ ਲੱਖਾਂ ਵਾਰੀ ਹਾਰੇ ਹੋ, ਉਹ ਲੱਖਾਂ ਵਾਰੀ ਜਿੱਤੋ ਲੱਖਾਂ ਵਾਰੀ ਹਾਰੇ ਹੋ। ਧੰਨਵਾਦ ਜੀ, ਬਹੁਤ ਖੂਬਸੂਰਤ, ਬਹੁਤ 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 ਘੈਂਟ ਗੀਤ ਹੈ ਜੀ, ਤੁਸੀਂ ਸੁਣਦੇ ਹੋ, ਗਾਇਕੀ ਵੀ ਕਮਾਲ ਦੀ ਹੈ, ਗੀਤਕਾਰੀ ਵੀ ਕਮਾਲ ਦੀ ਹੈ, ਇਹੋ ਜਿਹੇ ਹੀਰਿਆਂ ਨੂੰ ਤੁਸੀਂ ਸਪੋਰਟ ਕਰਿਆ ਕਰੋ, ਤੁਹਾਡੀਆਂ ਦੁਆਵਾਂ ਨਾਲ ਤੁਹਾਡੀਆਂ ਇੱਛਾਵਾਂ ਨਾਲ ਹੀ ਇਹ ਕੰਮ ਕਰਦੇ ਆ ਅਤੇ ਅੱਗੇ ਕਰਦੇ ਰਹਿਣਗੇ। ਸੋ ਗਰੀਬ ਬੰਦਿਆਂ ਨੂੰ ਜ਼ਰੂਰ ਪ੍ਰਮੋਟ ਕਰਿਆ ਕਰੋ, ਸਪੋਰਟ ਕਰਿਆ ਕਰੋ, ਚੰਗੀ ਗਾਇਕੀ ਅਤੇ ਗੀਤਕਾਰੀ ਜੇਕਰ ਅਸੀਂ ਸੁਣਨੀ ਹੈ ਤਾਂ ਉਹਨੂੰ ਸਪੋਰਟ ਕਰਨਾ ਸਾਡਾ ਇਖਲਾਕੀ ਫਰਜ਼ ਆ, ਸੋ ਇਹ ਜ਼ਰੂਰ ਨਿਭਾਇਆ ਕਰੋ। ਸੋ ਵਿੱਕੀ ਕੋਈ ਹੋਰ ਗੀਤ ਇਸ ਤਰ੍ਹਾਂ ਦਾ? ਇਸ ਤਰ੍ਹਾਂ ਦਾ ਇੱਕ ਆਪਣਾ ਸੀਗਾ ਜਿਹੜਾ ਨਿੰਗ ਸਿੰਘਾਂ ਨੇ, ਨਿੰਗ ਸਿੰਘ ਸੀ ਨਾ ਮੁੰਡਾ, ਆਨੰਦਪੁਰ ਸਾਹਿਬ ਮਾਰਿਆ ਸੀ ਜਿਹੜਾ ਮਢੀਰ ਨੇ, ਐਡੀ ਤ੍ਰਾਸਦੀ ਆ ਪੰਜਾਬ ਦੀ, ਪੰਜਾਬੀ ਮੁੰਡਿਆਂ ਨੇ ਪੱਗਾਂ ਵਾਲਿਆਂ ਮੁੰਡਿਆਂ ਨੇ ਉਸ ਨਿੰਗ ਸਿੰਘ ਦਾ ਕਤਲ ਕੀਤਾ, ਭਜਾ ਭਜਾ ਕੇ ਕੁੱਟਿਆ। ਜਿਵੇਂ ਸੁਣਦੇ ਹਾਂ ਕਿ ਸਿੱਖ ਦਾ ਸਿੱਖ ਵੈਰੀ ਜਾਂ ਭਾਈ ਮਾਰੂ ਜੰਗ ਜਿਹੜਾ ਸ਼ੁਰੂ ਹੋਇਆ ਪਿਆ ਸਾਡੇ ਇੱਥੇ, ਕਹਿ ਸਕਦੇ ਹਾਂ? ਜਮਾਂ ਜੀ ਜਮਾਂ, ਕੋਈ ਸ਼ੱਕ ਨਹੀਂ ਬਾਈ, ਕੋਈ 10ਵੇਂ ਪਾਤਸ਼ਾਹ ਦਾ ਭੈ ਨਹੀਂ ਹੈਗਾ ਕਿਸੇ ਨੂੰ, ਕੋਈ ਰੱਬ ਦਾ ਖੌਫ ਨਹੀਂ ਕਿਸੇ ਨੂੰ, ਦੁਨੀਆ ਜਿਵੇਂ ਆਪੋ ਧਾਪ ਹੋ ਰਿਹਾ ਕੰਮ, ਹੈ ਨਾ, ਪੰਜਾਬ ਦੇ ਲੋਕ ਹੀ ਪੰਜਾਬ ਨੂੰ ਉਜਾੜਨ ਅਤੇ ਬਰਬਾਦ ਕਰਨ 'ਤੇ ਤੁਰੇ ਹੋਏ ਨੇ, ਹੈ ਨਾ। ਪੜ੍ਹੀ ਜਾਂਦੇ ਹਾਂ, ਸੁਣੀ ਜਾਂਦੇ ਹਾਂ, ਪਰ ਅਪਣਾਉਂਦੇ ਨਹੀਂ, ਅਪਣਾਉਂਦੇ ਨਹੀਂ ਬਾਈ, ਰੀਲਾਂ 'ਚ ਫੁੱਲ ਗੰਦ ਪੈਂਦਾ ਹੈ, ਆਪਦੇ ਪਰਿਵਾਰ ਦਾ ਪ੍ਰਦਰਸ਼ਨ ਕਰ ਕਰ ਲੋਕ ਪੈਸੇ ਕਮਾਉਂਦੇ ਹੈਗੇ, ਹੈ ਨਾ। ਉਹ ਲੋਕਾਂ 'ਤੇ ਇਹ ਚੀਜ਼ ਲਿਖੀ ਹੈ ਜਿਨ੍ਹਾਂ ਨੇ ਨਿੰਗ ਸਿੰਘਾਂ ਦਾ ਕਤਲ ਕੀਤਾ ਸੀਗਾ। ਇਰਸ਼ਾਦ, ਹੋ ਜੋਧਿਆਂ ਦੀ ਕੌਮਾਂ ਵਿੱਚ ਜੰਮ ਪਏ ਨੇ ਚਾਰ, ਲਾਈਵ ਇੰਸਟਾ 'ਤੇ ਹੋ ਕੇ ਹੁਣ ਰੀਲਾਂ ਪਾਉਂਦੇ ਨੇ, ਗੁਰਧਾਮਾਂ ਦੀ ਪਵਿੱਤਰਤਾ ਕਰਤੀ ਪਲੀਤ, ਜਾ ਕੇ ਯਾਤਰਾ 'ਤੇ ਉੱਚੀ ਚਮਕੀਲਾ ਲਾਉਂਦੇ ਨੇ। ਉਹ ਮਨੋਰੰਜਨ ਹੈ ਲੋਕ ਕਰਨ ਬਈ ਆਉਂਦੇ, ਮਨੋਰੰਜਨ ਹੈ ਲੋਕ ਕਰਨ ਵੀ ਆਉਂਦੇ, ਹੁਣ ਸ਼ਰਧਾ ਵਾਲੀ ਤਾਂ ਗੱਲ ਕੋਈ ਨਾ ਰਹੀ, ਚੰਗੀ ਲੱਗੇ ਭਾਵੇਂ ਸੋਨੂੰ ਲੱਗੇ ਭਾਵੇਂ ਮਾੜੀ, ਪਰ ਸੱਚੀ ਗੱਲ ਮੱਲੋ ਮੱਲੀ ਜਾਂਦੀ ਹੈ ਕਹੀ, ਚੰਗੀ ਲੱਗੇ ਭਾਵੇਂ ਸੋਨੂੰ ਲੱਗੇ ਚਾਹੇ ਮਾੜੀ, ਪਰ ਸੱਚੀ ਗੱਲ ਮੱਲੂ ਮੱਲੀ ਜਾਂਦੀ ਹੈ ਕਹੀ, ਧੂੰਆਂ ਸਲੈਂਸਰਾਂ 'ਚੋਂ ਕੱਢ ਕਿਹੜੀ ਸ਼ਰਧਾ ਦਿਖਾਉਂਦੇ, ਉਹ ਮਾਰ ਗੁਰੂ ਦਿਆਂ ਸਿੰਘਾਂ ਆਡਾ ਗੁਰੂ ਨਾਲ ਲਾਉਂਦੇ, ਪਹਾੜੀ ਰਾਜਿਆਂ ਦੀ ਲਾਦ ਪਾਉਂਦੀ ਗੁਰੂ ਘਰੇ ਗੰਦ, ਮੱਥਾ ਟੇਕਣ ਨੇ ਆਉਂਦੇ ਕਰਵਾ ਕੇ ਤਿੱਖੇ ਸੰਦ, ਉਹ ਬਾਜਾਂ ਵਾਲੇ ਅਸਮੱਤ ਦੇ ਕੇ ਬਖਸ਼ ਲਈ ਆਪੇ, ਬਾਜਾਂ ਵਾਲੇ ਅਸਮੱਤ ਦੇ ਕੇ ਬਖਸ਼ ਲਈ ਆਪੇ, ਇਹ ਦੇਖ ਪਾਪ ਗੱਲ ਕਿਹੜੀ ਕਹਿਣ ਤੋਂ ਰਹੀ, ਚੰਗੀ ਲੱਗੇ ਭਾਵੇਂ ਸੋਨੂੰ ਲੱਗੇ ਚਾਹੇ ਮਾੜੀ, ਪਰ ਸੱਚੀ ਗੱਲ ਮੱਲੋ ਮੱਲੀ ਜਾਂਦੀ ਹੈ ਕਹੀ, ਚੰਗੀ ਲੱਗੇ ਭਾਵੇਂ ਸੋਨੂੰ ਲੱਗੇ ਚਾਹੇ ਮਾੜੀ, ਪਰ ਸੱਚੀ ਗੱਲ ਮੱਲੋ ਮੱਲੀ ਜਾਂਦੀ ਹੈ ਕਹੀ। ਧੰਨਵਾਦ ਵਿੱਕੀ ਮਾਨਸਾਲਿਆ, ਬਾਲਾ ਸੱਚ ਨਾ ਬੋਲਿਆ ਕਰ, ਇਕੱਲਾ ਇੰਨਾ ਸੱਚ ਨਾ ਬੋਲ ਕਿ ਇਕੱਲਾ ਰਹਿ ਜਾਵੇਂ, ਚਾਰ ਕੁ ਬੰਦੇ ਛੱਡ ਲਾ ਮੋਢਾ ਲਾਵਣ ਲਈ, ਕਹਾਵਤ ਸੁਣੀ ਹੋਣੀ ਆ। ਸੋ ਇੰਨਾ ਸੱਚ ਵੀ ਵਿੱਕੀ ਕਿਤੇ ਨਾ ਕਿਤੇ ਨਾ ਮਹਿੰਗਾ ਪੈ ਜਾਂਦਾ, ਟਾਰਗੇਟ ਹੋ ਜਾਂਦਾ ਬੰਦਾ, ਕਿਤੇ ਡਰ ਡੁਰ ਲੱਗਦਾ ਨਾ ਬਈ? ਡਰ ਕਾਹਦਾਗਾ, ਜਿਹੜਾ ਆਇਆ ਜੱਗ 'ਤੇ ਇੱਕ ਦਿਨ ਤੁਰਨੀ ਆ, ਸੱਚ ਲਿਖ ਕੇ ਜਾਵਾਂਗੇ, ਸੱਚ ਇੱਕ ਠੋਕ ਕੇ ਗਾਵਾਂਗੇ, ਕੋਈ ਪ੍ਰਵਾਹ ਨਹੀਂ ਕਿਸੇ ਦੀ, ਚਾਹੇ
2 ਸਾਲਾਂ ਨੂੰ 20 ਸਾਲਾਂ ਨੂੰ ਮਰਨਾ ਅੱਜ ਕੱਲ ਨੂੰ ਮਾਰ ਰਹੇ ਕੋਈ ਦਿੱਕਤ ਨਹੀਂ ਬਾਈ, ਪਰ ਲਿਖਣਾ ਸੱਚੀ ਹੈ ਗਾਉਣਾ ਸੱਚੀ ਹੈ ਹਨਾ। ਤੇ ਬੜੇ ਲੋਕ ਤਾਨੇ ਮਿਹਣੇ ਕੱਸਦੇ ਆ ਬਈ ਕੀ ਕਿਸੇ ਦਾ ਕੁਛ ਕਰ ਲਾਂਗੇ ਹਨਾ, ਜਿਵੇਂ ਚੱਲਦਾ ਚੱਲੀ ਜਾਣ ਦੇ ਕੋਈ ਦਿੱਕਤ ਨਹੀਂ। ਉਹ ਲੋਕਾਂ ਦੀ ਪਰਵਾਹ ਨਹੀਂ ਕਰੀਦੀ, ਕਹਿੰਦੇ ਨਾ ਕਹਾਵਤ ਹੈਗੀ ਕਿ ਹਾਥੀ ਲੰਘਦੇ ਆ ਅਤੇ ਬਾਕੀ ਕੀ ਕਰੀ ਜਾਂਦੇ, ਉਹ ਉਹਨਾਂ ਦਾ ਕੰਮ ਆ, ਉਹ ਉਹਨਾਂ ਨੂੰ ਕਰਨ ਦਿਓ, ਤੁਸੀਂ ਆਪਣੇ ਕੰਮ 'ਤੇ ਫੋਕਸ ਰੱਖੋ, ਟਾਰਗੇਟ ਰੱਖੋ, ਚੰਗਾ ਲਿਖੋ, ਚੰਗਾ ਗਾਓ, ਇੱਕ ਦਿਨ ਤੁਹਾਡੀ ਸੁਣਵਾਈ ਜ਼ਰੂਰ ਹੋਣੀ ਆ। ਜਿਹੜੇ ਤੁਹਾਨੂੰ ਟੌਟ ਕਰਦੇ ਕਿ ਫੋਰਚੂਨਰਾਂ ਦੇ ਜਾਂ ਹੋਰ ਗੱਡੀਆਂ ਦੇ, ਮਾਲਕ ਤੇਰੀ ਜ਼ਰੂਰ ਸੁਣੂਗਾ, ਸਾਡੀਆਂ ਵੀ ਅਰਦਾਸਾਂ ਨੇ, ਸਾਰੇ ਸਰੋਤੇ ਤੇਰੇ ਨਾਲ ਨੇ, ਅਤੇ ਪਰਮਾਤਮਾ ਜ਼ਰੂਰ ਕਿਰਪਾ ਕਰੂਗਾ। ਅਤੇ ਇਸੇ ਤਰ੍ਹਾਂ ਦਾ ਇੱਕ ਕੋਈ ਹੋਰ ਗੀਤ ਦੀ ਸਾਂਝ ਪਾ ਸਾਡੇ ਸਰੋਤਿਆਂ ਨਾਲ। ਲੱਗਦਾ ਨਹੀਂ ਹੈਗਾ ਵੀਰੇ, ਹੈ ਨਾ, ਆਪਦੇ ਆਪ ਨੂੰ ਜਿਵੇਂ ਦੋ ਨਹੀਂ 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 ਹੌਸਲਾ 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 ਜ਼ਰੂਰ, ਬਹੁਤ ਲੰਬਾ ਪੈਂਡਾ ਤੈਅ ਕਰਨਾ ਪੈਂਦਾ। ਜਿਹੜੇ ਗਾਇਕੀ ਅਤੇ ਗੀਤਕਾਰੀ ਦਾ ਸੰਘਰਸ਼ ਆ ਨਾ, ਇਹ ਜਿਹੜਾ ਨਾ ਇੱਕ ਸ਼ਬਦ ਹੁੰਦਾ ਸਰੋਤੋ, ਤੁਸੀਂ ਵੀ ਧਿਆਨ ਦੇਣਾ ਕਿ ਫੌਜ ਦੇ ਵਿੱਚ ਇੱਕ ਸ਼ਬਦ ਹੁੰਦਾ ਅਬਾਊਟ ਟਰਨ, ਜ਼ਿੰਦਗੀ ਦਾ ਬਦਲਾ। ਜਦੋਂ ਅਬਾਊਟ ਟਰਨ ਆਉਂਦਾ ਫੌਜ ਦੇ ਵਿੱਚ, ਪਹਿਲਾ ਬੰਦਾ ਜਿਹੜਾ ਲਾਸਟ 'ਤੇ ਚਲਿਆ ਜਾਂਦਾ ਅਤੇ ਲਾਸਟ ਵਾਲਾ ਫਸਟ 'ਤੇ ਆ ਜਾਂਦਾ, ਅਤੇ ਅਬਾਊਟ ਟਰਨ ਵੀ ਕੀ ਕਦੋਂ ਵੀ ਆ ਸਕਦਾ। ਹੌਸਲਾ ਰੱਖ ਅਤੇ ਗੀਤ ਸੁਣਾ ਕੇ ਘੈਂਟ ਜਿਹਾ। ਉਹ ਤੁਰਨ ਨਾ ਦਿੰਦੇ ਸੀ ਜੋ ਸਿਰ ਚੱਕ ਕਹੇ, ਉਹਨਾਂ ਦੇ ਤੂੰ ਢਾਈਦੇ ਨੀ ਚਵਾਰੇ ਦੇਖ ਲਈ, ਉਂਜ ਭਾਵੇਂ ਸਕਲ ਹੋਣਾ ਸੋਹਣਾ ਲੱਗਦਾ ਪਰ ਕਲਮ ਨਾ ਪੈਂਦੇ ਤੂੰ ਖਲਾਰੇ ਦੇਖ ਲਈ, ਉਂਜ ਭਾਵੇਂ ਸਕਲ ਹੋਣਾ ਸੋਹਣਾ ਲੱਗਦਾ ਪਰ ਕਲਮ ਨਾ ਪੈਂਦੇ ਤੂੰ ਖਲਾਰੇ ਦੇਖ ਲਈ। ਉਹ ਮਾਤੀ ਉੱਚੀ ਮਨ ਨੀ ਮਾਂ ਰੱਖਾਂ ਮੁੱਢ ਤੋਂ, ਪੁੱਛਾ ਫੜ ਕੱਢ ਲਈਏ ਸੱਪ ਖੁੱਡ ਚੋਂ, ਹੈ ਨਸ਼ਾ ਨਾ ਮੈਂ ਕਰਾਂ ਪ੍ਰਮੋਟ ਮਿੱਠੀਏ, ਹੁਣ ਗੀਤਾਂ ਵਿੱਚ ਆਉਂਦੇ ਤੂੰ ਹਵਾਰੇ ਦੇਖ ਲਈ। ਉਂਝ ਭਾਵੇਂ ਸਕਲ ਹੋਣਾ ਸੋਹਣਾ ਲੱਗਦਾ ਨੀ ਪਰ ਕਲਮ ਨਾ ਪੈਂਦੇ ਤੂੰ ਖਲਾਰੇ ਦੇਖਦੀ। ਹੱਸਦੇ ਸੀ ਮੇਰੇ ਗਾਣੇ ਦੀਆਂ ਟੋਨਾਂ ਤੇ, ਮੈਂ ਗਲਾਂ ਵਿੱਚ ਬੁਰਕੀ ਫਸਾ ਦੂੰ ਉਹਨਾਂ ਦੇ, ਨੀ ਆਖਦੇ ਸੀ ਜਿਹੜੇ ਮੈਨੂੰ ਵੱਡਾ ਕਲਾਕਾਰ ਲਾ ਦੂੰ ਉਹਨਾਂ ਨੂੰ, ਮੈਂ ਕਰਨ ਗਰਾਰੇ ਦੇਖ ਲਈ। ਉਂਝ ਭਾਵੇਂ ਸਕਲ ਹੋਣਾ ਸੋਹਣਾ ਲੱਗਦਾ ਨੀ ਪਰ ਕਲਮ ਨਾ ਪੈਂਦੇ ਤੂੰ ਖਲਾਰੇ ਦੇਖ ਲਈ, ਪਰ ਕਲਮ ਨਾ ਪੈਂਦੇ ਤੂੰ ਖਲਾਰੇ ਦੇਖ ਲਈ। ਵਿੱਕੀ ਪੰਗੇ ਤੂੰ ਹੀ ਬਹੁਤ ਲੈਂਦਾ, ਜੇ ਤੈਨੂੰ ਕੋਈ ਟਿਚਰਾਂ ਕਰਦੇ ਨਾ ਫੋਰਚੂਨਰ ਦੀਆਂ ਗੱਲਾਂ, ਅਤੇ ਛੱਡਦਾ ਬਖਸ਼ਦਾ ਤੂੰ ਹੀ ਕਿਸੇ ਨੂੰ ਨਹੀਂ ਭਰਾ ਮੇਰਿਆ, ਅਤੇ ਲੱਗਿਆ ਰਹਿ ਕਿਤੇ ਨਾ ਕਿਤੇ ਕਿਤੇ ਨਾ ਕਿਤੇ। ਕਹਿੰਦੇ ਆ 12 ਸਾਲਾਂ ਬਾਅਦ ਕਿਤੇ ਰੋੜੀ ਦੀ ਵੀ ਸੁਣੀ ਜਾਂਦੀ ਆ। ਸੋ ਪਹਿਲਾਂ ਨਾਲੋਂ ਤੇਰੀ ਗਾਇਕੀ ਅਤੇ ਗੀਤਕਾਰੀ 'ਚ ਇੰਪਰੂਵਮੈਂਟ ਆਈ, ਅਤੇ ਤੇਰੇ ਘਰ ਦੇ ਹਾਲਾਤਾਂ 'ਚ ਵੀ ਜ਼ਰੂਰ ਆਊਗਾ। ਸੋ ਸਰੋਤਿਓ, ਇਹਦੀ ਗਾਇਕੀ ਇਹਦੀ ਗੀਤਕਾਰੀ ਤੁਸੀਂ ਸੁਣਦੇ ਹੋ, ਇਹਦੀਆਂ ਗੱਲਾਂ ਬਾਤਾਂ ਵੀ, ਇਹ ਕਿਤੇ ਨਾ ਕਿਤੇ ਜਿਹੜੇ ਟੌਟ ਆ ਦੁਨੀਆ ਦੇ ਹੋਰ ਦੋਸਤਾਂ ਮਿੱਤਰਾਂ ਦੇ, ਆਪਣੇ ਜੈਲਸੀ ਵਾਲਿਆਂ ਦੇ, ਉਹਨਾਂ ਦਾ ਵੀ ਸ਼ਿਕਾਰ ਹੁੰਦਾ ਇਹ। ਸੋ ਸਰੋਤਿਓ, ਜੇਕਰ ਪੰਜਾਬੀ ਹੋ, ਤੁਸੀਂ ਸੱਚੀ ਪੰਜਾਬੀ ਹੋ, ਪੰਜਾਬੀਅਤ ਨੂੰ ਪਿਆਰ ਕਰਦੇ ਹੋ, ਚੰਗੀ ਗਾਇਕੀ ਗੀਤਕਾਰੀ ਨੂੰ, ਤਾਂ ਇਹਦੀ ਮਦਦ ਕਰੋ, ਇਹਨੂੰ ਧਰੂ ਤਾਰੇ ਵਾਂਗ ਚਮਕਾਓ, ਕਿਉਂਕਿ ਸਾਰਿਆਂ ਨੂੰ ਇਹ ਜਵਾਬ ਮਿਲ ਸਕੇ ਜਿਹੜੇ ਇਹਨੂੰ ਕਹਿੰਦੇ ਆ ਕਿ ਤੂੰ ਐਂ ਆ ਅਤੇ ਤੂੰ ਆਏ ਆ ਅਤੇ ਆਏ ਆ। ਇਹਦੇ 'ਚ ਕਲਮ 'ਚ ਇਹਦੀ ਗਾਇਕੀ 'ਚ ਦਮ ਹੈਗਾ, ਪਰ ਸਿਰਫ ਫਾਈਨੈਂਸ਼ਲੀ ਤੌਰ 'ਤੇ ਮਾਰ ਖਾ ਰਿਹਾ, ਅਤੇ ਤੁਹਾਡੇ ਹੱਥ 'ਚ ਆ ਕਿ ਇਹਦੀ ਜਿਹੜੀ ਅੱਗੇ ਜਿਹੜੀ ਇਹਦੀ ਗਾਇਕੀ ਜਾਂ ਗੀਤਕਾਰੀ ਨੂੰ ਅੱਗੇ ਹੋਰ ਵਧਾਇਆ ਜਾ ਸਕਦਾ। ਸੋ ਜਾਂਦੇ ਜਾਂਦੇ ਤੁਸੀਂ ਸਰੋਤਿਆਂ ਨੂੰ ਤੁਸੀਂ ਕੀ ਅਪੀਲ ਕਰਨਾ ਚਾਹੁੰਦੇ ਹੋ? ਅਤੇ ਮੈਂ ਕਹੂੰਗਾ ਵੀ ਤੁਸੀਂ ਆਪਣਾ ਨੰਬਰ ਦਿਓ, ਸਾਡੇ ਸਰੋਤੇ ਬਹੁਤ ਦਰਿਆ ਦਿਲੀ ਨੇ, ਤੁਹਾਡੀ ਹੈਲਪ ਜ਼ਰੂਰ ਕਰਨਗੇ। ਹਾਂਜੀ ਸਰ, ਨੰਬਰ ਆਪਣਾ ਹੈਗਾ ਗਾ 73407 0 21 74, 73407 0 21 74। ਇਹ ਜੀ ਮਾਨਸਾਲੇ ਦਾ ਨੰਬਰ ਹੈ, ਅਤੇ ਤੁਸੀਂ ਗਾਇਕੀ ਗੀਤਕਾਰੀ ਸੁਣ ਲਈ ਆ। ਸੋ ਮੈਂ ਤਾਂ ਇਹੀ ਕਹੂੰਗਾ ਕਿ ਇਹੋ ਜਿਹੇ ਸਿਤਾਰਿਆਂ ਨੂੰ ਤੁਹਾਡਾ ਫਰਜ਼ ਆ, ਅਖਲਾਕੀ ਫਰਜ਼ ਆ ਕਿ ਅੱਗੇ ਲੈ ਕੇ ਆਈਏ। ਸੋ ਅੱਜ ਦੀ ਜਿਹੜੀ ਸਾਡੀ ਇਹ ਗੱਲਬਾਤ ਆ, ਅੱਜ ਦੀ ਸਾਡੀ ਮਾਨਸਾਲੇ ਸੰਗਰ ਨਾਲ ਸਾਡੀ ਮੁਲਾਕਾਤ, ਤੁਹਾਨੂੰ ਕਿਵੇਂ ਲੱਗੀ? ਲਾਈਕ ਕਮੈਂਟ ਸ਼ੇਅਰ ਕਰਕੇ ਆਪਦੇ ਪਿਆਰ ਦਾ ਸਬੂਤ ਦਿਓ। ਮੈਂ ਤੁਹਾਡਾ ਹੋਸਟ ਸੁਖਰਾਜ ਬਰਕੰਦੀ, ਮਾਨਸਾਲੇ ਸੰਗਰ ਦੇ ਨਾਲ ਕੈਮਰਾਮੈਨ ਹੈਪੀ ਦੇ ਨਾਲ, ਸਤਿ ਸ਼੍ਰੀ ਅਕਾਲ ਜੀ।